ਜੀ ਅਸਲਾਮ ਵਾਲੇਕੁਮ ਦੋਸਤ, ਅੱਜ ਜਨਾਬ ਮਦਰਸਾ ਮੰਡੀ ਆਇਆ। ਮਦਰਸਾ ਮੰਡੀ ਹਫਤੇ ਵਾਲੇ ਦਿਨ ਲੱਗਦੀ ਹੈ ਅਤੇ ਮੱਖੀ ਚੀਨੇ ਜਨਾਬ ਬਰੀਡਰ ਬੱਚੇ ਚੈੱਕ ਕਰਾਵਾਂਗੇ। 2025 ਦੀ ਕੁਰਬਾਨੀ ਲੱਗਣ ਵਾਲੇ ਬੱਕਰੇ ਚੈੱਕ ਕਰਾਵਾਂਗੇ ਇਨਸ਼ਾਅੱਲਾ। ਔਰ ਪਹਿਲੇ ਨੰਬਰ ਦਾ ਤੁਹਾਨੂੰ ਚੈੱਕ ਕਰਾ ਰਿਹਾ ਅਤੇ ਪੁੱਛਣ ਰਹਿ ਛੜ ਕੀ ਕਰ ਰਹੇ ਭਾਈ ਹੋਰੀ। ਅਤੇ ਬਾਕੀ ਤੁਸੀਂ ਦੇਖ ਰਹੇ ਯੂਟਿਊਬ ਚੈਨਲ ਮੋਹਿਤਬਾ ਗੋਟ ਫਾਰਮ ਲੁੱਡਨ। ਅਤੇ ਗੁਜ਼ਾਰਿਸ਼ ਕਰਾਂਗੇ ਜਿਹੜੇ ਨਵੇਂ ਦੋਸਤ ਇਸ ਚੈਨਲ 'ਤੇ, ਅਗਰ ਹਾਲੇ ਤੱਕ ਉਹਨਾਂ ਇਸ ਚੈਨਲ ਮੋਹਿਤਬਾ ਗੋਟ ਫਾਰਮ ਲੁੱਡਨ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ, ਨਾਲ ਘੰਟੀ ਵੀ ਦਬਾਓ ਤਾਂ ਕਿ ਹਰ ਨਵੀਂ ਆਵਣ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦਾ ਰਹੇ। ਲਓ ਜੀ ਚੈੱਕ। ਹਾਂਜੀ ਸਰ ਜੀ, ਕਿੰਨੀ ਉਮਰ ਹੈ ਇਹਦੀ ਤਕਰੀਬਨ? 9 ਮਹੀਨੇ ਦਾ ਹੈ। 9 ਮਹੀਨੇ ਦਾ ਹੈ, ਬਰੀਡਰ ਬੱਚਾ ਹੈ? ਬਿਲਕੁਲ ਬਰੀਡਰ। ਦੇਖੋ ਕੰਮਾ ਮਾਸ਼ਾਅੱਲਾ। ਹਾਂਜੀ ਮਾਸ਼ਾਅੱਲਾ, ਫਾਰਮ ਵਾਲਾ ਬੱਚਾ। ਜਫਰ ਭਾਈ ਕੀ ਹਾਲ ਹੈ? ਹੋਰ ਤਬੀਅਤ ਠੀਕ ਹੈ? ਅੱਛਾ, ਕੀ ਡਿਮਾਂਡ ਸ਼ਮਾਨੇ ਦੀ ਕਰ ਰਹੇ ਹੋ? 70 ਦਾ। ਓ ਯਾਰ ਤੂੰ ਦਾ ਦੇਖੋ 70 ਦਾ ਜੀ ਕਰਦਾ ਵੀ ਹੈ। ਫਾਰਮਲ ਚੀਜ਼ ਹੈ ਦੇਖੋ ਨਾ, ਇਹ ਦੇਖੋ। ਓਏ ਤੇ ਵੇਨੇ ਬੇ ਮੋਲ ਮੁਨਾਸਬ ਕਰ ਜਿਹੜਾ ਬੰਦਾ ਲਾ ਹੀ ਲਵੇ। 65 ਦਾ। 65 ਦਾ ਹੋਰ ਕਮੀ ਬੇਸ਼ਕ 5 ਦਾ ਸਾਡੇ। ਕੀ ਬਾਤ, ਤੇਰੇ 5 ਦਾ ਸਾਡੀ ਕਦਰ ਹੈ? ਤੇਰਾ ਭਾਈ ਰਾਤ ਕਰੇ 4 ਵਜੇ ਕਰ। ਹੋਰ ਵੀ ਕਮੀ ਬੇਸ਼ੀ ਹੋ ਜੀ। ਪੂਰੇ 50 ਦਾ ਨਹੀਂ ਹੁੰਦਾ? ਨਹੀਂ ਹੁੰਦਾ, ਵੇਖ ਲੈ। ਨਹੀਂ ਹੁੰਦੀ ਨਾ ਉਹ ਪੂਰੇ ਕਿੱਥੇ ਹੁੰਦਾ ਫਾਈਨਲ ਲਾਸਟਾ? ਇੱਕੋ ਗੱਲ ਦੱਸ ਇੱਥੇ ਦੇਵਣਾ ਪੂਰਾ 60। ਉਹ ਰੈਡ ਦੱਸ ਜਿਹੜਾ ਬੰਦਾ ਸੋਨੇ ਤੇ ਫੌਰਨ ਕਾਲ ਕਰੇ ਕਿ ਜਨਾਬ ਸਾਡਾ ਹੋ ਗਿਆ। ਉਹ ਰੈਡ, ਉਹ ਇੱਕ ਉਹ ਰੈਡ ਦੱਸ। ਬਿਲਕੁਲ 60,000 ਕੰਮ ਨਹੀਂ ਹੋਣਾ। 60,000 ਤੋਂ ਕੰਮ ਨਹੀਂ ਹੋਣਾ। ਲਓ ਜੀ ਚੀਜ਼ ਚੈੱਕ ਕਰੋ ਮਾਸ਼ਾ, ਚੀਜ਼ ਵਾਕਈ ਬਣਨ ਵਾਲੀ ਹੈ। ਔਰ 9 ਮਹੀਨੇ ਬਰੀਡਰ ਬੱਕਰਾ, ਅਗਰ ਕਿਸੇ ਦੋਸਤ ਨੂੰ ਚਾਹੀਦਾ ਰਾਬਤਾ ਕਰ ਸਕਦਾ। ਨੰਬਰ ਦੱਸ। ਨੰਬਰ ਕੋਈ ਖੁਸ਼ ਕਰ ਗਿਆ, ਕੋਈ ਹਾਲ ਨਹੀਂ ਤੇਰਾ। ਨੰਬਰ ਦੱਸ। 0317 0317 249 ਵਟਸਐਪ ਨੰਬਰ ਲਿਖ ਲਓ। ਹਾਂ ਦੱਸ 0300 ਪੂਰਾ 0300 ਪੂਰਾ 78 37 021 ਨਾ ਕੇ ਰਾਜਖਿਆ ਚੋਰੀ ਚੋਰੀ ਦਾ ਤੁਹਾਡਾ ਹੋਣਾ ਹੈ, ਸਾਡਾ ਗੇੜੇ ਵਾਲਾ ਤੁਹਾਡਾ ਹੋਣਾ ਹੈ, ਸਾਡਾ ਹੋਣਾ। ਠੀਕ ਹੋ ਗਿਆ। ਲਓ ਜੀ ਚੀਜ਼ ਚੈੱਕ ਕਰੋ, ਇਹ ਵੀ ਤੁਹਾਡੇ ਨੇ ਜੀ, ਸਾਡੇ। ਉਸ ਤੋਂ ਬਾਅਦ ਜਨਾਬ ਇਹ ਬੱਚੇ ਚੈੱਕ ਕਰਾਈ, 2025 ਦੀ ਕੁਰਬਾਨੀ ਲੱਗਣ ਵਾਲੇ ਮਾਸ਼ਾਅੱਲਾ। ਉਹ ਸਾਰੇ ਸੁਥਰੇ ਜਾਨਵਰ ਨੇ, ਕਿਉਂਕਿ ਅੱਜ ਕੱਲ੍ਹ ਮਾਲ ਜ਼ਿਆਦਾਤਰ ਮੱਖੀ ਚੀਨਾ ਹੀ ਆ ਚੁੱਕਾ। 2025 ਦੀ ਕੁਰਬਾਨੀ ਲੱਗਣ ਵਾਲਾ ਆਇਆ। ਐਨਸੀ ਤੱਕ ਜਾਨਵਰ ਸੁਥਰਾ ਲੈ ਲਓ, ਸੁਥਰਾ ਜਾਨਵਰ ਲੈ ਲਓ, ਥੋੜ੍ਹਾ ਮਹਿੰਗਾ ਲੈ ਲਓ, ਉਹਦੀ ਕੋਈ ਪਰੇਸ਼ਾਨੀ ਨਹੀਂ ਹੈ। ਚੰਗੀ ਚੀਜ਼ ਲਓ, ਬਣਨ ਵਾਲੀ ਚੀਜ਼ ਲਓ। ਦੋਗਲੀ ਲਓਗੇ ਉਹਦਾ ਕੋਈ ਫਾਇਦਾ ਨਹੀਂ, ਜਿੰਨਾ ਮਰਜ਼ੀ ਖਵਾ ਲਓ। ਚੰਗੀ ਚੀਜ਼ ਲਓਗੇ, ਇੱਕੋ ਖਵਾਓਗੇ ਤਾਂ 4 ਆਨੇ ਬਣਨਗੇ। ਉਸ ਤੋਂ ਬਾਅਦ ਜਨਾਬ ਕਿੰਨੇ ਸਵਾਰੀ ਬੱਕਰੇ ਆਏ? ਉਹ ਘੱਟਦੇ 7 ਤੇ ਕਿੰਨੀ ਕਿੰਨੀ ਉਮਰ ਦੇ ਹੈ ਨੇ? 5-5 ਮਹੀਨਾ ਦਾ, 6-6 5-5 6-6 ਮਹੀਨਾ, ਸਹੀ ਹੋ ਗਈ। 5-5 6-6 ਮਹੀਨਾ ਦੇ ਹੈ ਨੇ। ਤੇ ਕੀ ਮੁੱਲ ਛੁੱਲ ਕਰ ਰਹੇ ਇਹਨਾਂ ਦਾ, ਉਹ ਵੀ ਦੱਸ ਦਿਓ। ਅੱਜ 55,000 ਨੂੰ ਪੁੱਠਾ, ਤੇ ਫਾਈਨਲ ਕਿੱਥੇ ਦੇ ਦਿਓ? ਉਹ ਗੱਲ ਕਰੋ ਇੱਥੇ ਦੇਵਣੇ 50,000 ਮੁਹਬਤਾਂ ਕਰ 50,000 ਪੂਰੇ 50,000 ਨੂੰ, 55,000 ਡਿਮਾਂਡ ਕਰ ਰਹੇ, 50,000 ਨੂੰ ਮਿਲ ਜਾਂਦੇ ਨੇ। ਤੇ ਨੰਬਰ ਦੱਸੋ, ਉਹ ਨੰਬਰ ਦੇ ਕੋਈ ਵੱਖਰਾ ਦੇਵਣਾ ਹੀ ਦੇ 10 0301 0341 9 46 9 46 ਠੀਕ ਹੋ ਗਿਆ। ਬਣਾ ਲਈ ਵੀਡੀਓ, ਕਿਆ ਦੱਸਣਾ ਰੈਡ ਬਣਾ। ਲਓ ਜੀ ਉਸ ਤੋਂ ਬਾਅਦ ਜਨਾਬ ਅਗਲੀ ਡੇਰੀ ਚੈੱਕ ਕਰਾਈਏ। ਡੇਰੀ ਦਾ ਇਹ ਫਾਇਦਾ ਹੁੰਦਾ ਕਿ ਜਾਨਵਰ ਥੋੜ੍ਹਾ ਸਸਤਾ ਮਿਲ ਜਾਂਦਾ, 1-2 ਲੋਕ ਫਿਰ ਰੈਡ ਉਹਨਾਂ ਦਾ ਜ਼ਿਆਦਾ ਹੁੰਦਾ, ਅਤੇ ਡੇਰੀ ਬਿਹਤਰੀਨ ਮੁਨਾਸਿਬ ਰੈਡ ਮਿਲ ਜਾਂਦਾ। ਕਿਤਨੇ ਬੱਕਰੇ ਖੜੇ ਟੋਟਲ? ਨੌ ਜਾਨਵਰ ਹੈ ਇਹਨਾਂ ਪੇ। ਕਿੰਨੀ ਕਿੰਨੀ ਉਮਰ ਦੇ ਖਲੋਤੇ ਨੇ ਇਹਨਾਂ ਦੀ? ਉਮਰ ਅਸੀਂ 6-7 ਮਹੀਨੇ 6-7 ਮਹੀਨਾ ਦੇ ਨੇ। ਇੱਥੇ ਨਾਲ ਆ ਖਲੋਂਦਾ, ਕੋਈ ਮੂੰਹ ਵਿਖਾ ਵੀ ਇਹ ਬੰਦਾ ਹੈ ਪਈ ਆ, ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕਿਹੜਾ ਬੰਦਾ ਅਤੇ ਕਿਹੜਾ ਨਹੀਂ ਹੈ ਪਈ ਆ। 6-6 7-7 ਮਹੀਨਾ ਦੇ ਇਹਨਾਂ ਪੇ। ਅਤੇ ਕੀ ਡਿਮਾਂਡ ਸ਼ਮਾਂਡ ਕਰ ਰਹੇ ਇਹਨਾਂ ਦੀ? ਬਹੁਤ ਕਰ ਰਹੀ 80,000। ਉਹ ਨਹੀਂ ਯਾਰ, 80,000 ਬਹੁਤ ਜ਼ਿਆਦਾ, ਉਹ ਮੰਗ ਜਿਹੜੇ ਲਵਣੇ ਨੇ। ਜੈ 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 ਰੈਡ, ਇਹ ਤੋਂ ਬਾਅਦ ਪਹਿਲੀ ਮੰਡੀ ਹੈ ਭਾਈ। 70,000
70 ਹਜ਼ਾਰ ਨੂੰ ਹੋਰ ਕਮੀ ਪੇਸ਼ੀ ਨਹੀਂ ਹੁੰਦੀ ਰਾਬਤੇ ਨਾਲ ਹੋ ਜਾਏ ਲਓ ਜੀ 80 ਹਜ਼ਾਰ ਡਿਮਾਂਡ ਕਰ ਰਹੇ ਸਨ ਕਿ 70 ਹਜ਼ਾਰ ਨੂੰ ਕਹਿ ਰਹੇ ਦੇ ਦੇਵਾਂਗੇ ਲੇਕਿਨ ਜਦੋਂ ਰਾਬਤਾ ਕਰੋਗੇ ਹੋਰ ਵੀ ਕਮੀ ਪੇਸ਼ੀ ਹੋ ਜਾਏਗੀ ਫਾਈਨਲ ਰੇਟ ਨਹੀਂ ਬਾਟਰ ਰੇਟ ਨਹੀਂ ਹੈ ਭਈਆ ਤੇ ਅਗਰ ਕੋਈ 1-2 ਲਵੇ ਤੇ ਫਿਰ ਕੀ ਰੇਟ ਕਰੋਗੇ ਉਹ ਮਿਲ ਜਾਸੀ ਤਕਰੀਬਨ ਅੰਦਾਜ਼ਾ 70 ਹੋਸੀ ਜਾਂ ਉਸ ਤੋਂ ਵੀ ਕਮੀ ਪੇਸ਼ੀ ਹੋਸੀ ਅਗਰ ਕੋਈ 1-2 ਲਵੇ 24 ਤੇ ਲਵੇ 70 ਫਿਰ 70 ਹਜ਼ਾਰ ਅਗਰ ਕੋਈ 1-2 ਲਵੇ ਫਿਰ 70 ਹਜ਼ਾਰ ਉਹ ਵਿੱਚ ਪਾਵਣਾ ਕਿ ਉਹ ਅਲੱਗ ਹੈ ਉਹ ਹੀ ਵਿੱਚ ਉਹ ਵਿੱਚ ਪਾ ਗਏ ਭਈਆ ਸਹੀ ਹੋ ਗਏ ਟੋਟਲ ਕਿਤਨੇ ਦੱਸਿਆ ਨੀ ਇਹ 9 ਉਹ ਵਿੱਚ ਪਾ 10 ਹੈ 10 ਹੋ ਜਾਏ ਸਰ ਉਹ ਹੀ ਵਿੱਚ ਉਸੇ ਡੇਰੀ ਦੇ ਉਸੇ ਰੇਟ ਦੇ ਮਿਲ ਜਾਏ ਉਸੇ ਰੇਟ ਤੇ ਮਿਲ ਜਾਸੀ ਇਹ ਜਨਾਬ ਦਾਣਾ ਖਲੋ ਸਾਰੇ ਤਕਰੀਬਨ ਇਸੇ ਵਜ਼ਨ ਦੇ ਨੇ ਇਸੇ ਫੇਜ਼ ਦੇ ਨੇ ਕਿਉਂਕਿ ਸਾਰੇ ਇਕੱਠੇ ਖਲੋ ਦੇ 4.4 ਹਾਂਜੀ ਨੰਬਰ ਦੱਸਵਾ ਦਾ ਹੁਣ 0305 0305 2018 2018 ਕੀ ਨਾਮ ਭਾਈ ਹੋਣਾ ਮੇਰਾ ਨਾਮ ਸੈਦ ਹਨੀਫ ਸ਼ਾਹ ਸੈਦ ਹਨੀਫ ਸ਼ਾਹ ਸਾਹਿਬ ਲਓ ਜੀ ਜਾਨਵਰ ਤੇ 10 ਬੱਕਰਾਂ ਦੀ ਲਾੜ ਤੁਹਾਨੂੰ ਦਿਖਾ ਦਿੱਤੀ ਉਹ ਸਾਰੇ ਮਾਸ਼ਾਅੱਲਾ ਅੱਛੇ ਨੇ ਹੋਰ ਵੀ ਚੈੱਕ ਕਰਾ ਦੇਣੇ ਜਨਾਬ ਅੱਗੇ ਜੀ ਹੋਰ ਵੀ ਚੈੱਕ ਕਰਾ ਦੇਣਾ ਦੋਸਤਾਂ ਨੂੰ ਕਾਫੀ ਦੂਰੋਂ ਦੂਰੋਂ ਲੋਕ ਲੈ ਆਉਂਦੇ ਨੇ ਜਾਨਵਰ ਜਨਾਬ ਇਸ ਮੰਡੀ ਦੇ ਵਿੱਚ ਸੇਲ ਕਰਨ ਵਾਸਤੇ ਤੇ ਇਹ ਵੀ ਮੱਖੀ ਜੀ ਨੇ ਬੱਚੇ ਖੜੇ ਨੇ ਫੇਸ ਚੈੱਕ ਕਰੋ ਮਾਸ਼ਾਅੱਲਾ ਬੱਕਰੇ ਨੇ ਸੋਹਣੇ ਪਿਓਰ ਮੱਖੀ ਪੀਨੇ ਜਾਂਦਾ ਕੋੜੇ ਭਾਅ ਜੀ ਕੀ ਮੋਲ ਛੋਲ ਕਰ ਰਹੇ ਇਹਨਾਂ ਨੇ ਚੋਰਾਂ ਦਾ 65,000 ਰੁਪਏ ਦੇ ਹਿਸਾਬ ਨਾਲ ਦੇ ਰਹੇ ਹੋ ਤੇ ਫਾਈਨਲ ਕਿੱਥੇ ਦੇਓਗੇ 55,000 ਉਮਰ ਕਿੰਨੀ ਕਿੰਨੀ ਹੈ ਤਕਰੀਬਨ ਇਹਨਾਂ ਦੀ ਆਪਣੇ ਬੱਕਰੇ ਕਹਿ ਹੋਰ ਹੋ ਗਿਆ ਕੋਈ ਬਾਬਾ ਦੱਸੇਗਾ ਅਲੀ ਬਹਾਦਰ ਭਾਈ ਆਏ ਨੇ ਜਨਾਬ ਮਦਰੱਸਾ ਮੰਡੀ ਦੇ ਵਿੱਚ ਇਹਨਾਂ ਕੋਲ ਜਨਾਬ ਮੱਖੀ ਚੀਨੇ ਨਾਗਰੇ ਬੇਤਲ ਦਾ ਵੀ ਕੰਮ ਕਰਦੇ ਨੇ ਔਰ ਮੱਖੀ ਚੀਨੇ ਜਨਾਬ ਅੱਜ ਇਹਨਾਂ ਦੇ ਸ਼ੌਕ ਤੋਂ ਚੈੱਕ ਕਰਾ ਦੇਣੇ ਅੱਜ ਕਿਸ ਤਰ੍ਹਾਂ ਜਨਾਬ ਸ਼ੌਕ ਲੈ ਆਏ ਨੇ ਇਹ ਚੈੱਕ ਕਰੋ ਜੀ ਮੰਡੀ ਦੇ ਥੱਲੇ ਇੱਥੇ ਲੱਗੇ ਸ਼ੇਰ ਮਾਸ਼ਾਅੱਲਾ ਚੈੱਕ ਕਰੋ ਫੈਦ ਅੱਖ ਦੇ ਵਿੱਚ ਨੇ ਉਸ ਤੋਂ ਬਾਅਦ ਜੀ ਇਹ ਵੀ ਚੈੱਕ ਕਰ ਲਓ ਇਹ ਚੀਜ਼ ਵੀ ਚੈੱਕ ਉਹ ਆਮ ਪੰਜਾਬ ਦੇ ਖਾਲੀ ਜਾਨਵਰ ਲੈ ਕੇ ਆਉਂਦਾ ਅਗਰ ਕੋਈ ਦੋਸਤ ਜਿਹੜਾ ਮਦਰੱਸਾ ਮੰਡੀ ਦਾ ਵਿਜ਼ਿਟ ਕਰਨਾ ਚਾਹੁੰਦੇ ਫਿਰ ਹਫ਼ਤੇ ਵਾਲੇ ਦਿਨ ਆਓ ਹਫ਼ਤੇ ਵਾਲੇ ਦਿਨ ਆਵੇ ਮੰਡੀ ਲੱਗਦੀ ਹੈ ਵਾਲੇਕੁਮ ਸਲਾਮ ਬੋਸ ਕੀ ਹਾਲ ਖੈਰ ਠੀਕ ਹੋ ਹਾਂਜੀ ਸਰ ਤਸ਼ਰੀ ਹਾਂਜੀ ਵੇਖੋ ਕਿੰਨੇ ਜਾਨਵਰ ਟੋਟਲ ਆਪਣੇ ਪੰਜ ਹੈ ਉਹ ਕਹਿੰਦੇ ਉਹ ਆਪਣੇ ਨਹੀਂ ਹੈ ਉਹ ਆਪਣੇ ਨਹੀਂ ਹੈ ਪਏ ਤੇ ਕੀ ਪੁੱਠਾ ਛੁੱਟਾ ਕਰਦੇ ਪਏ ਇਹਨਾਂ ਦਾ 60,000 ਰੁਪਈਆ ਨਾਗਰ ਬੀਤਲ ਵਾਲ ਨਾ ਕਰੋ ਗਾੜੇ ਤੁਹਾਡਾ ਤੇ ਉਹ ਵਾਕਈ ਉਹਨਾਂ ਦਾ ਰੈਡ ਨਾ ਮੱਖੀ ਚੀਨਾਂ ਦਾ ਉਹ ਰੈਡ ਨਾ ਕਰੋ ਜਿਹੜਾ ਅੱਜ ਰੇਟ ਵਧਿਆ ਪਿਆ ਇੱਥੇ ਹੀ ਰੈਡ ਵਧਿਆ ਪਿਆ ਤੇ ਦੋਸਤਾਂ ਵਾਸਤੇ ਕੀ ਕਰੋਗੇ ਤੁਹਾਡੇ ਜੇ ਸਬਸਕ੍ਰਾਈਬਰ ਨੇ ਸਾਰੇ ਤੁਹਾਡੇ ਹੋਇਆ ਹੈ 58,000 ਸੀ ਦੇਖੋ ਮੰਡੀ ਤੇ ਜਿਵੇਂ ਮਰਦੀ ਮਾਰਕੀਟ ਤੇਜ਼ ਹੈ ਸਾਜੀ ਹੈ ਮਾਰਕੀਟ ਤੇਜ਼ ਹੈ ਇਦੋਂ ਬਾਅਦ ਪਹਿਲੀ ਮੰਡੀ ਹੈ ਭਾਈ ਪਹਿਲੀ ਮੰਡੀ ਇਥੋਂ ਲੈ ਨੇ ਜਾਂ ਇਥੋਂ ਲੈ ਨੇ ਮੁਹੱਬਤਾਂ ਦਾ ਰੇਟ ਦੱਸੋ ਜਿਹੜੇ ਲਵਣੇ 55,000 ਨੂੰ ਫਾਈਨਲ ਮਿਲ ਜਾ 55,000 ਨੂੰ ਫਾਈਨਲ ਮਿਲ ਜਾ ਸੀ ਤੇ ਬਾਕੀ ਅਗਰ 1-2 ਲਵੇ ਫਿਰ ਕੀ ਕਰਸੋ ਉਹ ਫਿਰ ਅਲੱਗ ਦਾ ਰੇਟ ਉਹਦਾ ਰੇਟ ਅਲੱਗ ਦਾ ਸਕਰੀਨਸ਼ਾਟ ਭੇਜੋ ਉਹਦਾ ਰੇਟ ਹਾਂਜੀ ਬਾਕੀ ਜਿਹੜਾ ਇੱਕ ਜਾਨਵਰ ਲੈਣਾ ਜੇ 4-5 ਬੱਕਰੇ ਉਹਨੂੰ ਦਿਖਾਇਆ ਨੇ ਇੱਕ ਇੱਕ ਕਰਕੇ ਦਿਖਾਇਆ ਜਿਹੜਾ ਪਸੰਦ ਆ ਸਕਰੀਨਸ਼ਾਟ ਉਹ ਹੀ ਮਿਲ ਨੰਬਰ ਦੱਸੋ ਅਲੀ ਬਦਰ ਭਾਈ 031
ਹਾਂਜੀ 7896 ਠੀਕ ਹੈ 733 733 ਠੀਕ ਹੋ ਗਿਆ ਲਓ ਜੀ ਇਹ ਪੰਜ ਬਗਰੇ ਵੀ ਚੈੱਕ ਕਰਾ ਦਿੱਤੇ ਨੇ ਉਸ ਤੋਂ ਬਾਅਦ ਇਹ ਡੇਰੀ ਵੀ ਚੈੱਕ ਕਰੋ ਜੀ ਆਪ ਮੁਖਤਲਿਫ ਜਿਸ ਤਰ੍ਹਾਂ ਦਾ ਜਾਨਵਰ ਹੋਏਗਾ ਉਸੇ ਤਰ੍ਹਾਂ ਦਾ ਹੀ ਰੇਟ ਹੋਏਗਾ ਅਤੇ ਵੱਡੇ ਬਰੀਡਰ ਬੱਕਰੇ ਜਨਾਬ ਹੈ ਚੈੱਕ ਕਰੋ ਫੇਸ ਚੈੱਕ ਕਰੋ ਮਾਸ਼ਾਅੱਲਾਹ ਹਾਂ ਮੌਲਵੀ ਸਹੀ ਲੱਗੀ ਕੁਰਬਾਨੀ ਮਾਸ਼ਾਅੱਲਾਹ ਮਾਸ਼ਾਅੱਲਾਹ ਤਰੇ ਖੀਰੇ ਨਹੀਂ ਪਏ ਤਰੇ ਖੀਰੇ ਕਿੰਨੇ ਖੀਰੇ ਨੇ ਮਾਸ਼ਾਅੱਲਾਹ ਲਓ ਜੀ ਉਮਰ ਕਿਧਰੇ ਕਿਧਰੀ ਇਹਨਾਂ ਦੀ ਤਕਰੀਬਨ ਛੇ ਮਹੀਨੇ ਦੇ ਹੈ ਨੇ ਤਰੇ ਆਂਡਾ ਲਿਖਿਆ ਸੀ ਖੁਸ਼ੀ ਦਾ ਕੋਈ ਨਹੀਂ ਕੀ ਮੋਲ ਛੋਲ ਕਰਦਾ ਵੀ ਇਹਨਾਂ ਦੇ ਮੋਲ ਤਾਂ ਬੜਾ ਜੀ ਫਾਈਨਲ 95 ਮੰਗਦਾ 95 ਪਏ ਜਾਂ ਫਾਈਨਲ 95 ਜੀ ਮੁੱਲ 1,15,15 ਮੁੱਲ 1,15,000 ਮੰਗਦਾ ਪਈ ਹੈ ਅਤੇ ਫਾਈਨਲ 95 ਦੋ ਢਾਈ ਢਾਈ ਲੱਖ ਦੇ ਵਿਕਦੇ ਆ ਦੋ ਢਾਈ ਢਾਈ ਲੱਖ ਦੇ ਵਿਕਦੇ ਨੇ ਚਾਲੀ ਚੁਲੀ ਕਰ ਜਾਣਗੇ 45 ਇਸ ਟਾਈਮ ਕਿੰਨਾ ਕਰ ਦੋ ਤਕਰੀਬਨ ਚੰਗੇ ਅੰਦਾਜ਼ਾ ਕੋਈ ਨਹੀਂ ਐਤਵਾਰ ਹੈ ਚੰਗੇ ਮਾਸ਼ਾਅੱਲਾ ਔਰ ਬਣਾਉਣ ਵਾਲੀ ਚੀਜ਼ਾਂ ਨੇ ਠੀਕ ਹੋ ਗਿਆ ਨੰਬਰ ਦੱਸੋ ਕਹਾਂ 03000 03000 ਪੂਰਾ 99-12-71 99-12-71 ਨੰਬਰ ਬੜਾ ਖਤਰੀ ਲਈ ਫਿਰਨਾ ਹੈ ਲਓ ਜੀ ਇਹ ਬੱਕਰੇ ਭਾਈ ਨੇ ਤੁਹਾਨੂੰ ਕੀ ਨਾਂ ਦੱਸਿਆ ਹੈ ਇਮਰਾਨ ਜੱਟ ਭਾਈ ਕੋਲ ਹੈ ਨੇ ਜਨਾਬ ਦੇ ਨੇ ਬੱਕਰੇ ਓ ਜੀ ਇਹ ਭਾਈ ਹੋਰ ਕੋਲ ਬੱਕਰੇ ਚੈੱਕ ਕਰਾ ਦਈਏ ਆ ਜਾ ਟਾਪਾ ਕੋਈ ਮਸਲਾ ਨਹੀਂ ਹਾਂਜੀ ਭਾਅ ਜੀ ਕੀ ਹਾਲ ਹੈ ਕਹਿ ਰਹੇ ਸਿਰਫ ਇਹੀ ਲਿਆਂਦੇ ਦੇ ਆ ਰਹੇ ਚਾਰ ਬੱਕਰੇ ਕਿ ਬਾਕੀ ਵੇਚ ਵੂਚ ਲੈ ਜੇ ਲਓ ਜੀ ਇੱਕ ਇੱਕ ਬੱਕਰਾ ਚੈੱਕ ਕਰਾ ਦਈ ਇਹਨਾਂ ਦੇ ਵੀ ਰੈਡ ਪੁੱਛ ਲੈਂਦੇ ਕੀ ਰੈਡ ਸ਼ੈਡ ਕਰਦੇ ਪਏ ਨੇ ਉਸ ਤੋਂ ਬਾਅਦ ਜਨਾਬ ਇੱਕ ਇਹ ਖੜਾ ਜੀ ਜਿਹੜਾ ਪਸੰਦ ਆਏ ਉਹੀ ਜਨਾਬ ਇਨਸ਼ਾਅੱਲਾ ਤੁਹਾਨੂੰ ਕੋਈ ਇਹਦਾ ਡਬਲ ਬੰਨੀ ਖੜਾ ਯਾਰ ਚਲੋ ਇੱਥੇ ਹੀ ਖੜਾ ਇਹ ਫੇਸ ਚੈੱਕ ਕਰੋ ਹਾਂਜੀ ਸਰ ਜੀ ਕੀ ਮੁੱਲ ਚੱਲ ਕਰਦੇ ਪਏ ਚਾਰਾਂ ਦਾ ਪੁੱਠੇ ਦੇ ਹਿਸਾਬ ਇਹਨੇ ਤਾਂ 2,00,000 ਰੁਪਏ 2,00,000 50,000 ਰੁਪਏ ਕਮੀ ਪੇਸ਼ੀ ਕਰਦੇ ਕਿੱਥੇ ਦੇ ਛੱਡ ਦੋ 1,90 ਦਾ ਰੇਟ ਛੱਡ ਦੋ ਨੰਬਰ ਦੱਸੋ ਆਦਾ 0301 7896 ਨਾਂ ਕੀ ਭਾਈ ਹੁੰਦਾ ਕਮਰ ਸ਼ਾਹ ਕਮਰ ਸ਼ਾਹ ਭਾਈ ਕੋਲ ਲੈਣੇ ਚਾਰ ਬੱਕਰੇ ਅਤੇ ਡਿਮਾਂਡ ਜਨਾਬ 2,00,000 ਰੁਪਈਆ ਚਾਰੇ ਕੋਈ ਇਕੱਠੇ ਲਵੇਗਾ ਤਾਂ ਫਿਰ ਜਨਾਬ 1,90,000 ਦਾ ਮਿਲ ਜਾਣਗੇ ਬਾਕੀ ਆਪ ਉਮੀਦ ਕਰਨਾ ਅੱਜ ਦੀ ਵੀਡੀਓ ਪਸੰਦ ਆਏਗੀ ਦੋਸਤਾਂ ਨੂੰ ਵੀਡੀਓ ਪਸੰਦ ਆਏ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਦੇ ਜਾਨਵਰ ਕਿਸ ਤਰ੍ਹਾਂ ਲੱਗੇ ਅੱਜ ਦੇ ਰੈਡ ਕਿਸ ਤਰ੍ਹਾਂ ਲੱਗੇ ਕੋਈ ਵੀ ਦੋਸਤ ਆਪਣਾ ਮਸ਼ਵਰਾ ਦੇਣਾ ਧਿਆਨ ਥੱਲੇ ਕਮੈਂਟ ਕੀਤਾ ਕਰੋ ਵੀ ਇਹ ਜਨਾਬ ਇਸ ਤਰ੍ਹਾਂ ਗੱਲ ਹੈ ਜਾਨਵਰਾਂ ਦੇ ਮੁਤਾਲਿਕ ਹੋਵੇ ਖੁਰਾਕ ਦੇ ਮੁਤਾਲਿਕ ਹੋਵੇ ਵੀਡੀਓ ਦੇ ਮੁਤਾਲਿਕ ਹੋਵੇ ਕਿਸੇ ਕਿਸਮ ਦਾ ਕੋਈ ਦੋਸਤ ਵੀ ਕਮੈਂਟ ਕਰਨਾ ਚਾਹੁੰਦਾ ਜਨਾਬ ਕਰ ਸਕਦੇ ਹੋ ਕਮੈਂਟ ਕਰਨ ਦੇ ਕੋਈ ਪੈਸਾ ਨਹੀਂ ਆਉਂਦੇ ਲਾਈਕ ਕਰਨ ਦੇ ਕੋਈ ਕਮੈਂਟ ਪੈਸਾ ਨਹੀਂ ਆਉਂਦੇ ਸ਼ੇਅਰ ਕਰਨ ਦੇ ਕੋਈ ਪੈਸਾ ਨਹੀਂ ਆਉਂਦੇ ਇਨਸ਼ਾਅੱਲਾ ਨਵੀਂ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੇ